सत श्री अकाल जी तुहानू सारयां नू स्वागत है अज दे नवें ब्लॉग च। ते बाकी अज आए जी रोपड़ आपां KVK कृषि विज्ञान केंद्र च। ते आपां बीज लैण आए जी हल्दी दा, ते दसदे आपां नू क्या रेट मिलिया। ते बाकी धान दीआं वरायटियां बई पनीरी खातर ओह वी आ गईआं, ते ओह वी दसदे तुहानू। हेलो जी, बाई भी आया ना। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਬਾਈ ਆਏ ਹੋਏ ਆ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ। ਹਾਂਜੀ ਹਾਂਜੀ, KVK। ਬਾਕੀ ਟ੍ਰਾਇਲ ਖਾਤਰ ਆਪਾਂ ਨੇ ਐਤੀ ਹਲਦੀ ਲਾਉਣੀ ਜੀ ਥੋੜੀ ਵਾਰ। ਹਲਦੀ ਬਾਈ ਆਪਣੇ ਜਿਹੜੇ ਬੂਟੇ ਆ ਜਾਣੀ ਜਿੱਥੇ ਆਪਣੇ ਪਛੇਤੀ ਕਣਕ ਲਈ ਵੀ ਆ, ਹਾਂ ਉਹਦੇ ਵਿੱਚ ਹਲਦੀ ਲਾਉਣ ਦੀ ਸਲਾਹ ਹੈ। ਕਿਉਂਕਿ ਹਲਦੀ ਅਸੀਂ ਪਹਿਲਾਂ ਵੀ ਕਲਾਸਾਂ ਲਾਈਆਂ ਤੀਆਂ ਇੱਥੇ, ਜਦੋਂ ਉਹ ਸਾਨੂੰ ਕਿਤਾਬ ਅਸੀਂ ਕਿਤਾਬ ਲੱਤੀ ਸੀ ਪੜ੍ਹਨੇ ਨੂੰ, ਉਹ ਕਿਤਾਬ 'ਚ ਪੜ੍ਹਿਆ ਸੀ ਵੀ ਹਲਦੀ ਆ ਜਿਹੜੀ ਛੋਰੇ 'ਚ ਜ਼ਿਆਦਾ ਹੁੰਦੀ ਆ ਛਾਵਾਂ ਵਿੱਚ। 3 ਜਾਂ 4 ਸਾਲ ਦੇ ਬੂਟੇ ਹੋਵੇ ਜ਼ਿਆਦਾ ਹੁੰਦੇ ਆ, ਜਿੰਨੀ ਜ਼ਿਆਦਾ ਛੋਰਾ ਹੋਵੇ 2 ਸਾਲ ਦੇ ਵੀ ਹੋਵੇ, 2 ਸਾਲ ਦੇ ਨੂੰ ਪੱਤਾ ਜਿੰਨਾ ਜ਼ਿਆਦਾ ਛੋਰਾ ਹੋਵੇ, ਹਾਂ ਜਿੰਨਾ ਛੋਰਾ ਹੋਵੇ ਮਤਲਬ ਉਨੀ ਚੰਗੀ ਹੁੰਦੀ ਆ। ਹਾਂ ਤੇ ਇੱਥੇ ਰਾਤ ਸਾਨੂੰ ਫਿਰ ਗਰੁੱਪ 'ਚ ਐਡ ਹੈਗੇ, ਰਾਤ ਸਾਨੂੰ ਮੈਸੇਜ ਆ ਗਿਆ ਤਾਂ ਇਹਨਾਂ ਦਾ ਵੀ ਵੀਰ ਨੇ ਹਲਦੀ ਦਾ। ਹਾਂਜੀ ਹਾਂਜੀ, ਤੇ 100 ਰੁਪਏ ਦਾ 2.5 ਕਿਲੋ ਆ ਬਾਈ। ਹਾਂ 40 ਰੁਪਏ ਕਿਲੋ, 40 ਰੁਪਏ ਕਿਲੋ ਵੀ 40 ਰੁਪਏ ਕਿਲੋ। ਹਾਂ ਬਾਕੀ ਸਮਝ ਲਓ ਜੇ ਆਪਾਂ ਨੇ ਕਨਾਲ ਜਗ੍ਹਾ ਲਾਣੀ ਆ, ਕਨਾਲ 'ਚ ਜੇ ਬੂਟਿਆਂ 'ਚ ਲਾਣਾ ਹੈ ਕਨਾਲ ਜਗ੍ਹਾ, ਫਿਰ ਤਾਂ 50 ਕਿਲੋ ਲੱਗਦਾ। ਜੇ ਰੜੇ ਖੇਤ ਰੜੇ ਚਲਾਣਾ, ਜੇ ਬੂਟੇ ਨਹੀਂ ਹੈਗੇ ਤਾਂ 75-70 ਕਿਲੋ ਲੱਗਦਾ ਜੀ ਹਲਦੀ ਦਾ ਬੀਜ। ਹਲਦੀ ਆ ਕਨਾਲ ਜਗ੍ਹਾ 'ਚ, ਹਾਂ ਆਪਾਂ ਅੱਧੀ ਕਨਾਲ ਲਾਣੀ ਆ। ਤੇ ਇੱਥੇ ਬਸ ਹੋ ਗਈ ਗੱਲ, ਹੁਣ ਅਸੀਂ ਫਾਰਮ 'ਚ ਜਾਊਂਗੇ, ਉੱਥੇ ਜਿਹੜਾ ਇਹਨਾਂ ਦਾ ਆਪਣਾ ਬਿਰਲਾ ਫਾਰਮ ਦੇ ਵਿੱਚ ਇਹਨਾਂ ਦਾ ਉਹ ਹੈ ਨਾ ਜੀ ਦਰਿਆ ਦੇ ਲਾਗ ਜ਼ਮੀਨ ਆ, ITI ਦੇ ਨਾਲ। ਨਹੀਂ ਨਹੀਂ ਜੀ, ਉਹ ਗਵਰਨਮੈਂਟ ਦੀ ਜ਼ਮੀਨ ਆ ਜਿਹੜੀ, ਹਾਂ ਗਵਰਨਮੈਂਟ ਦੀ, ਇਹਨਾਂ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਵਾਲਿਆਂ ਦੀ। ਹਾਂ ਉੱਥੇ ਹੀ ਉਹਦੇ ਵਾਸਤੇ ਬੀਜ ਬੂਜ ਸਾਰੇ ਉੱਥੇ ਹੀ ਲਾਉਂਦੇ ਆ ਇਹ, ਸਿੰਪਲ ਦਿਖਾਉਣ ਨੂੰ। ਹਾਂ ਵਰਾਇਟੀਆਂ ਚੈੱਕ ਕਰਨੇ ਨੂੰ। ਹਾਂਜੀ, ਤੇ ਜਿਹੜੇ ਉਹ ਵੀ ਲੋਕ ਦੇਖਣ ਆਉਂਦੇ ਜਿਹੜੇ ਕਲਾਸਾਂ ਲਾਣੀਆਂ ਕੁਝ ਲਾਣੀਆਂ, ਉਹਨਾਂ ਨੂੰ ਵੀ ਉੱਥੇ ਟ੍ਰੇਨਿੰਗ ਦਿੰਦੀ ਸਾਰੇ। ਬਾਕੀ ਆ ਕੇ ਦੇ ਬਾਕੀ ਗੇੜਾ ਰੱਖੇ ਕਰੋ ਬਾਈ, ਉਹਦੇ ਬਹੁਤ ਕੁਝ ਸਬਸਿਡੀ ਵੀ ਮਿਲਦੀ ਆ। ਹੁਣ ਦੇਖੋ 26 ਦਾ ਬੀਜ, ਹਾਂ 28 ਹੋ ਗਈ, ਹਾਂ ਮਤਲਬ 6-7 ਨਸਲਾਂ ਤਾਂ ਮਤਲਬ ਆ ਚੁੱਕੀਆਂ ਇਹਨਾਂ ਕੋਲ। 26 ਜਿਹੜੀ ਮੇਨ ਆ ਜ਼ਿਆਦਾ ਚੱਲ ਰਹੀ ਆ, ਆਧਾਰ ਕਾਰਡ ਪਰ ਮਿਲਣੀ ਆ ਬਾਈ ਆਪਾਂ ਨੂੰ ਦੁਕਾਨ ਨਾਲੋਂ ਵੀਰੇ, ਸਸਤੀ ਵੀ ਮਿਲਦੀ ਆ। ਹਾਂ ਤੇ ਉਹਦੇ ਬਾਅਦ ਕਈ ਵਾਰ ਸਬਸਿਡੀ ਵੀ ਆ ਜਾਂਦੀ ਆ ਬੀਜਾਂ ਦੇ। ਤੇ ਬਾਕੀ 26 ਬੀਜ ਵੀ ਆਇਆ, 26 ਬੀਜ ਦਾ ਜ਼ਿਆਦਾ ਮੰਗ ਹੈ। ਇੱਕ ਪਿਛਲੇ ਸਾਲ ਬਾਈ 100 ਰੁਪਏ ਕਿਲੋ ਵਿਕਿਆ, ਸਭ ਨੂੰ ਪਤਾ ਹੀ ਆ ਬੀਜ 100 ਰੁਪਏ ਕਿਲੋ, ਉਰੇ ਇਹਨਾਂ ਦੇ 50 ਰੁਪਏ ਕਿਲੋ ਬੀਜ ਮਿਲ ਰਿਹਾ ਜੇ ਕਿਸੇ ਲੈਣਾ ਆ ਕੇ, ਜੋ ਫਾਇਦਾ ਹੀ ਹੋ ਜਾਂਦਾ ਕਿਸੇ ਦਾ। ਹਾਂ 50 ਰੁਪਏ ਕਿਲੋ, ਹਾਂ 24 ਕਿਲੋ ਆਧਾਰ ਕਾਰਡ ਤੇ ਮਿਲ ਜਾਂਦਾ ਹੈ। 24 ਕਿਲੋ ਪੈਕਿੰਗ, 24 ਕਿਲੋ ਦੀ ਪੈਕਿੰਗ ਆਉਂਦੀ ਆ, ਮਤਲਬ 24 ਕਿਲੋ ਦੀ ਪੈਕਿੰਗ ਇੱਕ ਆਧਾਰ ਕਾਰਡ ਤੇ ਮਿਲ ਜਾਂਦੀ ਆ। ਤੁਸੀਂ 2 ਜਣੇ 3 ਮੈਂਬਰ ਆ ਘਰ ਦੇ, 2-3 ਲਿਆਓ, ਜ਼ਰੂਰੀ ਥੋੜੀ ਵੀ ਜ਼ਮੀਨ ਨਾ ਚਾਹੀਦੀ। ਨਹੀਂ ਨਹੀਂ ਜ਼ਮੀਨ ਨਹੀਂ, ਆਧਾਰ ਕਾਰਡ ਦੇਖਣਾ ਉਹਨਾਂ ਨੇ ਬਸ। ਤੇ ਬਾਕੀ ਬਾਕੀ ਹੋਰ ਬਾਈ ਹਰੇਕ ਚੀਜ਼ ਦੀ ਟ੍ਰੇਨਿੰਗ ਆ, ਸੂਦਾਂ ਦੀ ਲੈਣਾ ਚਾਹੀਦੀ ਮਰਜ਼ੀ, ਮਤਲਬ ਕੋਈ ਵੀ ਕਿੱਤਾ ਆਪਾਂ ਕਰਨਾ ਚਾਹੁੰਦੇ ਖੇਤੀ ਦੇ ਨਾਲ, ਜੇ ਸਿਟੀ ਕਲਮ ਵੀ ਲਾਉਣੀ ਆ, ਬੂਟੇ ਵੀ ਲਾਉਣੇ ਆ, ਸਬਜ਼ੀ ਦਾ ਵੀ, ਜਿਹਦੀ ਮਰਜ਼ੀ ਟ੍ਰੇਨਿੰਗ ਲੈ ਸਕਦੇ ਆ। ਹੁਣ ਪਪੂਲਰ ਦੀ ਵੀ ਅਸੀਂ ਗਾਂ ਨੂੰ ਹੁਣ ਜਨਵਰੀ ਕਲਾਸਾਂ ਲੱਗਣੀਆਂ, ਪਪੂਲਰ ਦੀ ਵੀ ਟ੍ਰੇਨਿੰਗ ਦਿੰਦੇ ਬਾਈ, ਕਲਮ ਲਾਉਣੀ ਕਿਵੇਂ ਲਾਣੀ ਆ, ਤਿਆਰ ਕਰਨੀ ਆ, ਉਹ ਵੀ ਮੈਡਮ ਨੇ ਦੱਸਿਆ ਹੁਣ। ਅਸੀਂ ਜਨਵਰੀ 'ਚ 5 ਦਿਨ ਦੀਆਂ ਦਾ ਕਲਾਸਾਂ ਆ, ਕੁਛ ਨਹੀਂ ਨਹੀਂ ਕਰਨਾ ਤਾਂ ਇਹੀ ਕੁਛ ਆ, ਕਰਨੀ ਤਾਂ ਖੇਤੀ ਉਹ ਆ, ਉਹੀ ਬੰਦਾ ਮਾੜੀ ਮੋਟੀ ਹੁਣ ਨੌਲੇਜ ਰੱਖਣੀ ਚਾਹੀਦੀ ਆ। ਸਹੀ ਆ, ਬਾਕੀ ਆ ਦੇਖ ਲੈ ਇਹਨਾਂ ਟੀਨਾ ਥੱਲੇ ਬੀਜ ਲਿਆਂਦਾ ਬਾਈ, ਬੀਜ ਤਾਰਿਆ ਇਹਨਾਂ, ਸੋ ਦੂੰਗੇ ਉਹ ਦੇਖ ਲੈ, ਉਹ ਟਰਾਲੀ ਅੰਦਰ ਟਰਾਲੀ ਖੜੀ, ਇਹ ਦਿਖਾ ਜੂਮ ਕਰਕੇ, ਉਹ ਗਾਰੇ ਨਾਲ ਲਿਪਿਆ ਪਿਆ ਬਾਈ ਸਾਰਾ, ਇਹਨਾਂ ਨੇ ਦਰਵਾਜ਼ੇ ਆ ਬਾਈ, ਉਹਦੀ ਬਿਲਡਾਂ ਹੁੰਦੀਆਂ ਨਾ, ਹਾਂ ਜਿਹੜੀਆਂ ਗੇਟ ਦੇ ਵਿੱਚ ਬਿਲਡਾਂ ਹੁੰਦੀਆਂ ਏ, ਉਹ ਬਿਲਡਾਂ ਗਾਰੇ ਨਾਲ ਲਿਪ ਦੇਣੀਆਂ ਇਹਨਾਂ ਨੇ ਅੰਦਰ ਬੀਜ ਪਾ ਕੇ, ਬੀਜ ਪਹਿਲਾਂ ਸਾਫ ਕਰ ਲੈਣਾ, ਸੋਧ ਲੈਣਾ, ਉਹਦੇ ਵਿੱਚ ਪਾ ਲੈਣਾ, ਫਿਰ ਅੱਗੇ ਜਾ ਕੇ ਜਦੋਂ ਬੀਜ ਵੇਚਣਾ ਏ, ਦੇਣਾ ਏ ਕਿਸਾਨਾਂ ਨੂੰ, ਉਦੋਂ ਉੱਥੇ ਤੋਂ ਕੱਢ ਕੇ ਪੈਕਿੰਗ ਕਰਨੀ ਆ ਫਿਰ ਉਹਦੀ, ਉਹ ਸੁਸਰੀ ਨਹੀਂ ਪੈਂਦੀ, ਕੋਈ ਕੁਛ ਨਹੀਂ ਪੈਂਦਾ, ਇਹ ਵੀ ਬਹੁਤ ਫਰਕ ਆ, ਤਾਂ ਕਰਕੇ ਇਹਨੂੰ ਲਿਪਦੇ ਆ ਇਹ, ਹਨਾ ਇੱਕ ਤਰ੍ਹਾਂ ਦਾ ਇਹ ਨੈਚੁਰਲ ਸਟੋਰ ਆ। ਦੂਏ ਸਟੋਰ ਹੁੰਦੇ ਆਪਣੇ ਏਸੀ ਲੱਗੇ ਹੁੰਦੇ ਜਾਂ ਕੁਛ, ਇਹ ਕਹਿੰਦੇ ਨੈਚੁਰਲ ਆ, ਉਹਦੇ ਨਾਲੋਂ ਜ਼ਿਆਦਾ ਫਾਇਦੇਮੰਦ ਆ, ਤੇ ਬਾਕੀ ਚੱਲਦੇ ਉੱਥੇ ਨੂੰ ਆਪਾਂ ਜਿੱਥੇ ਇਹਨਾਂ ਦਾ ਹੋਆ ਫਾਰਮ, ਬਾਕੀ ਆ ਬੀਜ ਪਏ ਆ ਬੀਜ, ਹਾਂ ਕਿਆ ਪਤਾ ਹੁਣ ਕਿਹੜਾ ਏ, ਬਾਕੀ ਉੱਥੇ ਜਾ ਕੇ ਤੁਹਾਨੂੰ ਲਗਾਉਣਾ ਲੱਗੂਗਾ ਬਾਈ ਬੀਜ, ਇਹ ਘੱਟੋ ਘੱਟ 10-12 ਤਰ੍ਹਾਂ ਦੇ ਬੀਜ ਲਾਉਂਦੇ ਆ, ਕਿਆਰੀਆਂ ਚ ਲਾਉਨੇ ਆ ਤਕਰੀਬਨ, ਜੀਰੀ ਦੀਆਂ ਵੀ ਰੋਪੜ ਵਾਲਿਆਂ ਨੂੰ ਤਾਂ ਆਪਾਂ ਨੂੰ ਤਕਰੀਬਨ ਸਭ ਨੂੰ ਪਤਾ ਹੀ ਆ KVK, ਜਦੋਂ ਆਪਾਂ ਬੜੀ ਹਵੇਲੀ ਬੜੀ ਹਵੇਲੀ ਇੱਧਰ ਨਾ ਦਰਿਆਵਾਲ ਤੋਂ ਬੜੀ ਹਵੇਲੀ ਪਿੰਡ ਚ ਨੂੰ ਮੁੜ ਜਾਂਦੇ ਆ, ਤੇ ਉਹ ਰੋਡ ਤੇ ਹੀ ਆ, ਮਤਲਬ ਅੱਗੇ ਜਾ ਕੇ ਸੱਜੇ ਆ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਲਿਖਿਆ। ਜੇ ਹਲਦੀ ਦਾ ਨਹੀਂ ਬੀਜ ਲੈਣੇ ਜਾਣਾ ਬਾਈ, 26 ਦਾ ਬੀਜ ਜ਼ਰੂਰ ਲੈ ਜਾਓ ਆਪਣਾ ਅੱਗੇ, ਹਨਾ ਆਪਣਾ ਲੈ ਜਾਓ ਬਾਈ, 24 ਕਿਲੋ ਦਾ ਲੈ ਕੇ ਜਾਇਓ, ਤੁਹਾਨੂੰ ਪਤਾ ਵੀ 100 ਰੁਪਏ ਕਿਲੋ ਮਿਲਣਾ, ਹਾਂ ਅਸੀਂ ਅੱਜ ਨਹੀਂ ਲੈ ਕੇ ਚੱਲੇ, ਸਾਨੂੰ ਆਈ ਏਰੀਆ ਦਾ ਤਕਰੀਬਨ ਹਰ ਇੱਕ ਘਰ 26 ਲਾਂਦਾ, ਚਾਹੇ 2 ਕਿੱਲੇ ਲਾਵੇ ਕਿੱਲਾ ਲਾਵੇ, ਲੈ ਲਾਂਦਾ 26 ਥੋੜੀ ਬਹੁਤੀ ਨਾ ਲਾਉਂਦਾ ਲਾਉਂਦਾ, ਬਾਕੀ ਜਾ ਲੈ ਜਾਓ, ਬਾਕੀ ਉੱਥੇ ਜਾ ਕੇ ਦਿਖਾਉਨੇ ਫਾਰਮ ਤੇ, ਚੱਲਦੇ ਆ।
ਗਿਆ ਭਾਈ ਫਾਰਮ ਆ ਗਿਆ ਚੇਬੀਕੇ ਹੋਣਾ ਦਾ ਇੱਧਰ ਵੱਡੀ ਹੋਈ ਨਾ ਇਹਨਾਂ ਕਾਹ ਦਰਿਆ ਦੇ ਨਾਲ ਉਹ ਸਤਲੁਜ ਦਰਿਆ ਸਾਹਮਣੇ ਉਹ ਪਹਾੜੀਆਂ ਦਿਖਦੀ ਆਈਟੀਆਈ ਦੀ ਕੰਧ ਵਿੱਚ ਉਹ ਬਿਲਡਿੰਗਾਂ ਦਿਖਦੀਆਂ ਆਈਟੀਆਈ ਦੀ ਆ ਉਹ ਲਿਖਿਆ ਬਾਈ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਹੋ ਰਿਹਾ ਉਹ ਆਈਟੀਆਈ ਦੀ ਬਿਲਡਿੰਗ ਆ ਬਾਈ ਮਿਲੀ ਹੈ ਹਾਂ ਦੇਖੀਏ ਹਾਂ ਉਹ ਬੈਠੇ ਬਾਈ ਉਹਨਾਂ ਨੂੰ ਪੁੱਛੀ ਲੋ ਜੀ ਬਾਈ ਇਹਨਾਂ ਕੋਲ ਸਮਾਨ ਵੀ ਸਾਰਾ ਖੜਾ ਜ਼ਿਮੀਂਦਾਰ ਕੋਈ ਵੀ ਲੈ ਕੇ ਜਾ ਵੀ ਸਕਦਾ ਨਾ ਆਪਾਂ ਜਾ ਸਕਦੇ ਆ ਕਾਰ ਦੇ ਕੇ ਕੋਈ ਸਿਸਟਮ ਜਾਂ ਹੁੰਦਾ ਇਹਨਾਂ ਦਾ ਹਾਂਜੀ ਹਾਂ ਪੜਾਉ ਤਾਂ ਲੈ ਗਏ ਤੇ ਆਪਾਂ ਅੱਗੇ ਬਹੁਤ ਦੇਰ ਹੋ ਗਈ ਇੱਕ ਵਾਰ ਮਾਰਨੇ ਨੂੰ ਹੋਰ ਤਾਂ ਕਦੇ ਬਾਕੀ ਚੀਜ਼ ਲੈ ਗਏ ਨਹੀਂ ਮਤਲਬ ਤੂੰ ਦੇਖ ਲਾ ਅੱਜ ਕੱਲ੍ਹ ਤਾਂ ਜਿੰਨੇ ਆ 4x4 ਵਾਲਾ ਸਮਾਨ ਇਹਨਾਂ ਕੋਲ ਆਹ ਦੇਖ ਕਿੱਡੇ ਕਿੱਡੇ ਸੁਪਰ ਸੀਡਰ ਆ ਉਹ ਦੇਖ ਲਾ ਹੈਪੀ ਸੀਡਰ ਹੋ ਗਏ ਸੀਡਰ ਆ ਉਹ ਦੂਆ ਮਲਚਰ ਮਲਚਰ ਕਟਰ ਕਟਰ ਖੜੇ ਆ टूट जावे खड़ा उल्टी भी अगला साफ करा उल्टी भी कर दे कोई बंदा थुक भी सड़े जावे बिस्कुट खा के गेट तो भी चकाणगे रोडवेज का चल देख दे कोल जाके बाकी इन्हां ने पलाओ ओहदे वाला भी करिया मच्छी पालन वाला भी सारी कंपनिया मच्छी पालन मच्छी पालन मतलब सैंपल ट्रेनिंग तौर तेरे कर छोटा जा जे अपने दो प्याज कठे हो दोने छोटे रह जाते पता नहीं हिसाब न लाए पे बाकी दूर ते हो रे कुछ लग गया भाई सानू दूर ते भाई रोडे ही लगे सानू मैं क्या एक और गल देख सके हां आपा घरे भी अपने फुल ता आई जांदा प्याज पकड़ होई वे हैं तू आए देख तू भी इतना बीज मैं तो हद आया ले देखदा भाई सानू वीडियो देखियो ध्यान नाल आ चीज देख रहा थले मैं तो इधर नाल गन्ने मंगो प्याज ते थे बाकी ओ पर सोए आ हैना सोए आ ओ पर ओ सोए आ बरसीन प्लेटा लाइया
ਫੁਆਰਾ ਸਿਸਟਮ ਲਾਇਆ ਵਾ, ਦੂਜੇ ਤਰ੍ਹਾਂ ਪਾਣੀ ਲਾਉਂਦੇ ਆ ਇਹ, ਭਰ ਕੇ ਨੀ ਲਾਉਂਦੇ ਆਪਣੇ ਗੋਬਰ ਸਿੰਘ ਨੂੰ ਫੁਆਰਾ ਸਿਸਟਮ ਲਾਇਆ ਦੇਖ ਸਾਰੇ ਚ। ਤੇ ਬਾਕੀ ਇੱਧਰ ਮੰਡ ਏਰੀਆ ਪੈ ਜਾਂਦਾ, ਜਿਹੜੀਆਂ ਜ਼ਮੀਨਾਂ ਪੈਂਦੀਆਂ ਆਪਣੇ ਇੱਧਰ ਦੇ ਮੰਡ ਕਹਿੰਦੇ ਹੁੰਦੇ ਆ, ਆਹ ਨਦੀ ਟੱਪ ਕੇ ਬਾਈ ਮੰਡ ਵਾਲੀਆਂ ਜ਼ਮੀਨਾਂ ਸ਼ੁਰੂ ਹੋਈਆਂ ਆਪਣਾ 2-3 ਕਿਲੋਮੀਟਰ ਰੋਪੜ, 2 ਕਿਲੋਮੀਟਰ ਅਸੀਂ ਰੋਪੜ ਆ, ਰੋਪੜ ਜਿਹੜੀਆਂ ਕਚਹਿਰੀਆਂ ਏ, ਕਚਹਿਰੀਆਂ ਰੋਡ ਦਰਿਆਏ 2 ਕਿਲੋਮੀਟਰ ਇੱਥੇ, 2 ਕਿਲੋਮੀਟਰ ਆਪਣਾ ਪਿੰਡ ਆ ਵਿੱਚ ਨੂੰ। ਇੰਨੇ ਕੁ ਤੱਤ ਹੁੰਦੇ ਆ, ਆਪਾਂ ਦਾ ਪਤਾ ਨੀ ਚੱਲ ਉਹਦੇ ਚ ਇੰਨੇ ਕੁ ਤੱਤ ਹੁੰਦੇ ਜਿਹੜੇ ਇਹ ਦੱਸਦੇ ਆ। ਉਹ ਦੇਖ ਪਾਣੀ ਦੀ ਪਿਆਈ ਵੀ ਹੈ ਨਾ, ਪ੍ਰਤੀ ਪਸ਼ੂ ਨੂੰ ਇੰਨੇ ਕੁ ਤੱਤ ਹੁੰਦੇ ਬਾਈ ਡੰਗਰਾਂ ਵਾਸਤੇ ਇਹਦੇ ਚ, ਹੈਂ ਆਹ ਲਿਖਿਆ ਵੀ ਕਿੰਨੇ ਮੱਝ ਨੂੰ ਗਾਂ ਨੂੰ ਕਿੰਨਾ ਦੇਣਾ ਚਾਹੀਦਾ, 13-30% ਤੱਕ ਪ੍ਰੋਟੀਨ ਆ ਦੇਖ ਲਾ ਇਹ 'ਚ, ਹੁੰਦੇ ਆਈ 4-6 ਖਣਿਜ, 9-23 ਬਾਕੀ ਤੱਤਾਂ ਦਾ ਸੋਮਾ। ਬਾਕੀ ਆਹ ਦਿਖਾਉਂਦੇ ਮੱਛੀ ਦਾ ਨਾ ਤੇਰਾ ਲੜੋਵੇ ਵਾਲਾ, ਇਹ ਟਕੇ ਵੀ ਹੁੰਦੇ ਆ ਟਕੇ ਦੇਖੀ ਮੜਾ ਸਾਈਡ ਦੇ ਜਾ ਕੇ ਗੰਡੋਆ ਬਾਈ, ਇੱਦਾਂ ਦੀ ਚੀਜ਼ ਹੈ ਨਾ, ਪੱਟਣਾ ਪੈਣਾ ਇਹ ਵਿੱਚੋਂ ਦਾ, ਇਹ ਬਾਈ ਇੱਦਾਂ ਦੀ ਚੀਜ਼ ਹੈ ਨਾ ਗੰਡੋਆ, ਇੱਕ ਗੰਡੋਆ ਦਿਹਾੜੀ ਚ ਪਤਾ ਨੀ 24 ਪਤਾ ਨੀ ਕਿੰਨੇ ਅੰਡੇ ਦਿੰਦਾ ਇੱਕ ਗੰਡੋਆ, ਉਹ ਹਰੇਕ ਅੰਡੇ ਵਿੱਚੋਂ ਇੱਕ ਅੰਡੇ ਚ 2-3 ਬੱਚੇ ਨਿਕਲਦੇ ਅੱਗੇ, ਤੇ ਕੋਈ ਐ ਨੀ ਹੁੰਦਾ ਵੀ ਨਰ ਮਾਦਾ ਨੀ ਹੁੰਦਾ, ਜੇ 100 ਗੰਡੋਆ ਤਾਂ 100 ਬੱਚੇ ਦੇਣੇ ਆ ਇਹ ਦਿਨਾਂ ਚ, ਮਤਲਬ ਵੱਧਦੇ ਆ 5 ਗੁਣਾ 100 ਗੁਣਾ 1 ਹੁੰਦੇ ਆ, ਬਹੁਤ ਮਹਿੰਗੀ ਵਿਕਦੀ ਆ ਗੰਡੋਏ ਦੀ। ਉਹ ਕੱਲ ਮੈਂ ਇੱਥੇ ਇੰਟਰਵਿਊ ਦੇਖਦਾ ਮੁੰਡੇ ਆਪਣੇ ਹੋਰ ਜ਼ਿਲ੍ਹੇ ਦੇ ਆ, ਉਹ ਕਹਿੰਦਾ ਸਾਨੂੰ ਮਜ਼ਾਕ ਕਰਦੇ ਤੇ ਪਿੰਡ 'ਚ ਗੋਹਾ ਇਕੱਠਾ ਕਰਕੇ ਲੈ ਕੇ ਆਉਂਦੇ ਤੇ, ਵੀ ਸਾਡੇ ਘਰਦਿਆਂ ਨੂੰ ਕਹਿੰਦੇ ਲੋਕ ਵੀ ਮੁੰਡੇ ਇੰਨੇ ਯੂਨੀਵਰਸਿਟੀਆਂ ਤੁਸੀਂ ਪੜ੍ਹਾ ਲਏ ਵੀ ਉਰੇ ਗੋਹਾ ਚੱਕਦੇ ਫਿਰਦੇ ਲੋਕਾਂ ਦਾ। ਅੱਛਾ, ਹੈਂ ਹੁਣ ਉਹ ਕਹਿੰਦਾ ਸਾਡਾ ਪੰਜਾਬ ਦੇ ਸਾਰੀਆਂ ਜਿੰਨੇ ਜ਼ਿਲ੍ਹੇ ਆ ਸਾਰਿਆਂ 'ਚ ਸਾਡੀ ਖਾਦ ਜਾਂਦੀ ਆ ਗੰਡੋਏ ਵਾਲੀ, ਹੈਂ ਵਧੀਆ ਉਹਨਾਂ ਨੇ ਯੂਨਿਟ ਬਣਾ ਲਿਆ ਆਪਣਾ, ਪਹਿਲਾਂ ਹੀ ਜੁੜ ਗਏ ਜਿਹਨਾਂ ਨੇ ਕਰ ਲਿਆ। ਬਾਕੀ ਮਿਹਨਤ ਹੈ, ਕੋਈ ਵੀ ਕੰਮ ਆ ਮਿਹਨਤ ਨਾਲ, ਮਿਹਨਤ ਹੁਣ ਅਗਲਾ ਨਹੀਂ ਕੌਣ ਸੋਚਦਾ ਇੰਨਾ ਪੜ੍ਹ ਕੇ ਉਰੇ ਨਹੀਂ, ਆਪਾਂ ਗੋਹਾ ਚੱਕ ਕੇ ਲਿਆਉਂਦੇ ਘਰ 'ਤੇ, ਤਾਜ਼ਾ ਗੋਹਾ ਚਾਹੀਦਾ ਵਿੱਚ, ਮਾੜੀ ਵੀ ਮਿੱਟੀ ਨਹੀਂ ਚਾਹੀਦੀ, ਕਹਿੰਦਾ ਗੰਡੋਏ ਮਰ ਜਾਂਦੇ ਆ। ਅੱਛਾ, ਹਾਂਜੀ ਐਨ ਸਾਫ਼ ਗੋਹਾ ਚਾਹੀਦਾ। ਲਓ ਬਾਈ ਇੱਧਰ ਗਾਂ ਰੱਖੀਆਂ ਵੀ ਇਹਨਾਂ ਨੇ, ਹਾਂ ਗਏ ਹਰੇਕ ਚੀਜ਼ ਆ ਦੇਖ ਲਾ, ਕੋਈ ਕਿੱਤਾ ਹੈ ਸਾਰੇ ਕਿਤੇ ਟ੍ਰੇਨਿੰਗ, ਜੇ ਤੁਸੀਂ ਫਾਰਮ ਵੀ ਕਰਨਾ ਤਾਂ ਗਾਂ ਦੀ ਵੀ ਦੇਣਗੇ ਟ੍ਰੇਨਿੰਗ, ਹੈਂ ਇੱਥੇ ਤੱਕ ਮਤਲਬ ਜਿੰਨੇ ਗਾਂ ਦੀਆਂ ਡੰਗਰਾਂ ਦੀਆਂ ਕੋਈ ਵੀ ਡੰਗਰ ਦੀ ਬਿਮਾਰੀ ਹੁੰਦੀ ਆ ਉਹ ਸਾਰੀ ਆਪਾਂ ਨੂੰ, ਬੱਕਰੀ ਪਾਲਣ ਦਾ ਵੀ ਆ, ਹਾਂ ਬੱਕਰੀਆਂ ਵੀ ਹੋਊਗੀਆਂ ਇੱਧਰ, ਸੂਰ ਵੀ ਹੋਊਗੇ, ਬੱਕਰੀਆਂ ਵੀ ਹੈਗੀਆਂ ਇੱਧਰ, ਮੁਰਗੇ ਆ ਬਾਈ, ਬੱਕਰੀ ਵੀ ਚੀਜ਼ ਵਧੀਆ ਯਾਰ, ਹੁਣ ਫਾਰਮ ਬਹੁਤ ਹੋਣ ਲੱਗ ਗਏ। ਬਾਕੀ ਇਹਦੀ ਥੋੜੀ ਬੱਕਰੀਆਂ ਦੀ ਬੱਕਰੀ ਚਾਰ ਕੇ ਲੈ ਕੇ ਆਉਣੀ ਆ, ਆ ਦੇਖ ਕਿ ਨਹੀਂ ਜੋ ਮਰਜ਼ੀ ਪਾ ਦੇ, ਹੁਣ ਤਾਂ ਜਿਹੜੀ ਇਹਨਾਂ ਦਾ ਪ੍ਰਸੀਨ ਪਾਇਆ ਉਰੇ ਹੈਗਾ ਏ, ਮਤਲਬ ਜੇ ਨਹੀਂ ਵੀ ਬੰਦਾ ਹੈਗਾ ਵੀ ਤੂੰ ਚਾਰਾ ਨਹੀਂ ਪਾ ਸਕਦਾ, ਅੱਜ ਅੱਗੇ ਫੀਡ ਆਉਂਦੀ ਆ, ਫੀਡ ਤਾਂ ਦਿਨਾਂ ਹੀ ਪਾਲਦੀ ਆ ਜਿਹੜੀ ਅੰਮ੍ਰਿਤਸਰੀ ਬੱਕਰੀ ਆ, ਫੀਡ ਨਾਲ ਅੰਮ੍ਰਿਤਸਰੀ ਨਸਲ ਜ਼ਿਆਦਾ ਚੱਲਦੀ ਆ ਨਾ, ਉਹ ਫੀਡ ਤੇ ਜ਼ਿਆਦਾ ਹੁੰਦੀ ਵਾਧੇ ਹੁੰਦੀ ਆ। ਬਾਕੀ ਏਦਾਂ ਮੁਰਗੇ ਵੀ ਰੱਖੇ ਹੋਏ ਆ, ਬਾਕੀ ਆਏ ਨਹੀਂ ਹੈਗਾ ਬਾਈ, ਜਿਕਣਾ ਵੀ ਸਰਕਾਰੀ ਕੰਮ ਆ ਵੀ ਇਹਨਾਂ ਦੀ ਉਹ ਨਹੀਂ ਦੇਖ ਦੇਖ ਪਾ ਕੱਟੇ ਵੀ ਹੈ, ਕੋਈ ਮਾੜਾ ਨਹੀਂ ਡੰਗਰ, ਉਹ ਆ ਦੇਖ ਆ ਮੁਰਗੇ ਦੇਖ ਕੇ ਇਹੋ ਜਿਹੇ ਆ, ਅੱਗੇ ਦੇਖ ਲੈ ਐ ਨਹੀਂ ਕੇਅਰ ਬਥੇਰੀ ਆ, ਕਿਉਂਕਿ ਹੁਣ ਯਾਰ ਇਹਨਾਂ ਨੂੰ ਦੇਖ ਕੇ ਤਾਂ ਲੋਕਾਂ ਨੇ ਕਰਨਾ ਯਾਰ, ਜੇ ਇਹਨਾਂ ਦੇ ਨਹੀਂ ਚੱਜਦੇ ਹੋਊਗੇ ਦੇਖਣ ਨੂੰ ਚੰਗੇ ਲੱਗੂਗੇ ਕੌਣ ਕਰੂੰਗਾ ਫਿਰ, ਨਾਲੇ ਖਾਂਦੇ ਹੋਣੇ ਅੰਡੇ ਲੈਣ ਟ੍ਰੇਨਿੰਗ ਦਿੰਦੇ ਹੋਣੇ, ਨਾ ਦੁੱਧ ਪੀਨੇ ਆ, ਦੁੱਧ ਵੀ ਤਾਂ ਪੀਨੇ ਹੀ ਆ, ਗਾਂ ਰੱਖੀਆਂ ਹੋਈਆਂ ਗੌਰਮੈਂਟ ਵੱਲ ਤੇ ਆਉਣੀ ਚੀਜ਼ ਇਹਨਾਂ ਨੂੰ ਖਾਣੇ ਖਾਤਰ ਪੂਰਾ ਫੁੱਲ ਪੈਂਦਾ ਹੋਣਾ ਇਹਨਾਂ ਨੂੰ, ਬੀਜ ਵਧੀਆ ਜੀ, ਇੱਕ ਨੰਬਰ ਲਾਲ ਪਿਆ ਵਿੱਚ, ਦਿਖਾ ਦੇ ਬਾਈ ਬੀਜ, ਬੀਜ ਬਾਈ ਮੋਟਾ ਬਹੁਤ ਆ,
रंग बनना हल्दी है बाकी बी ए बूटे एक कनाल लगती है बूटे बी 50 किलो ना एक कनाल लग जाती है जे ओही तप्पड़ जगह हो बूटे ना हो 75 किलो लगती है 75 ते 80 किलो पक्के करदे आ ना मतलब हल्दी लांदे आ ओह करदे आ उहनां ने ओही टाइम ते आना बाकी पनीरी बीज आ गए ₹50 किलो एक आधार कार्ड पर 24 किलो बी बीज मिल सकता है छब्बी का दो आधार कार्ड चाहिए चार आधार कार्ड ले आधार कार्ड चाहिए जजू तो भाई लवली कहना मैं ले भी है 50 रुपए किलो मिल गया ਕਹਿੰਦਾ ਆਪਾਂ ਨੇ ਵੀ ਲਿਆਉਣਾ ਫਿਰ ਲਿਆਉਂਗੇ ਹੁਣ ਜਿਹੜਾ ਉਹ ਆ ਪਿਆਰ ਆਊਗਾ ਬੀਜਣਾ ਤਾਂ ਨਹੀਂ ਜਿਹੜਾ ਕਣਕ ਦਾ ਬੀਜ ਆ ਜਿਹੜੀ ਹੁਣ ਦੇਖ ਲੈਣਾ ਟਰਾਲੀ ਤਾਰੀ ਵੀ ਉੱਥੇ ਰੋਪੜ ਵਾਲੇ ਚ ਫਾਰਮ ਚ ਵੱਢ ਕੇ ਗਈ ਹੁਣੀ ਐ ਬੜਾ ਸ਼ੈੱਡ ਆ ਉਹਨੂੰ ਮੂਰੇ ਗੇਟ ਲੱਗੇ ਵੇ ਆ ਉਹ ਗਾਰੇ ਨਾਲ ਲਿਪ ਦਾਣੇ ਅੰਦਰ ਪਾ ਕੇ ਨਾ ਉਹਨਾਂ ਨੇ ਬੀਜ ਖੁੱਲਾ ਹੈ ਬਾਹਰ ਦੇ ਬਿਲਡ ਵੀ ਨਹੀਂ ਰਹਿਣ ਦੇਣੀ ਗਾਰੇ ਨਾਲ ਲਿਪ ਦਾਣਾ ਸਾਰਾ ਅੱਗੇ ਉਹ ਕੱਚੀਆਂ ਸਟੋਰ ਬਣਾਣਾ ਉਹ ਅੱਗੇ ਇਕਣੇ ਕਰਦੇ ਉਹੀ ਕਹਿੰਦਾ ਮੈਂ ਕਿਹਾ ਜੇ ਹੁਣ ਤਾਂ ਏਸੀ ਵਾਲੇ ਸਟੋਰ ਆ ਗਏ लिपदे चाहो तू कपड़ा ला के फिर ढकन ला नहीं लिपे दे कपड़ा ला दे भी ठीक है ला दे इको गल हवा नहीं पैनी चाहिए तजर्बा ठीक है चलो ठीक है सत श्री अकाल जी बाई।